ਭਾਰਤੀ ਮੂਲ ਦੇ ਯੁਵਰਾਜ ਕ੍ਰਿਸ਼ਨਨ ਨੂੰ ਪਿਛਲੇ ਸਾਲ ਦੇਸ਼ ਦੇ ਸਭ ਤੋਂ ਵੱਡੇ ਕੋਵਿਡ-19 ਪ੍ਰਕੋਪ ਦੇ ਰੈਸਪੀਰੇਟਰੀ ਟੀਮ ਵਿੱਚ ਡਾਕਟਰ ਵਜੋਂ ਨੌਕਰੀ ਵਿੱਚ ਧੋਖਾ ਦੇਣ ਦੇ ਦੋਸ਼ ਵਿੱਚ ਵੀਰਵਾਰ ਨੂੰ 3.5 ਸਾਲ ਦੀ ਕੈਦ ਹੋਈ ਹੈ। ਇਸਤਗਾਸਾ ਪੱਖ ਦੇ ਵਕੀਲ ਜੈਸਮੀਨ ਕੈਸੇਟੀ ਨੇ ਕਿਹਾ ਹੈ ਕਿ ਯੁਵਰਾਜ ਕ੍ਰਿਸ਼ਨਨ ਦੇ ਅਭਿਆਸ ਸਰਟੀਫਿਕੇਟ, ਅਕਾਦਮਿਕ ਸਰਟੀਫਿਕੇਟ ਅਤੇ ਹੋਰ ਸਾਰੇ ਦਸਤਾਵੇਜ਼ ਅਣਜਾਲੀ ਹਨ, ਪਰ ਉਸਨੇ 10 ਸਾਲ ਪਹਿਲਾਂ ਯੂਨੀਵਰਸਿਟੀ ਆਫ ਆਕਲੈਂਡ ਦੇ ਮੈਡੀਕਲ ਵਿਦਿਆਰਥੀ ਹੋਣ ਦਾ ਟੌਂਗ ਕਰਨ ਲਈ ਜਾਂਚ ਹੋਣ ਦੇ ਬਾਵਜੂਦ ਵੀ ਆਪਣਾ ਨਾਂ ਵਰਤਿਆ। ਉਸਦੇ ਵਕੀਲ ਸਟੀਵ ਕੁਲਨ ਨੇ ਕਿਹਾ ਹੈ ਕਿ ਇਹ ਉਸਦਾ ਡਾਊਨਫਾਲ ਸੀ ਜਦੋਂ ਉਸਨੇ ਇੱਕ ਮਰੀਜ਼ ਨੂੰ ਕਿਸੇ ਹੋਰ ਡਾਕਟਰ ਕੋਲ ਭੇਜਿਆ ਜੋ ਕਿ ਉਸ ਸਮੇਂ ਵਿਦਿਆਰਥੀ ਸੀ ਅਤੇ ਉਸਨੇ ਇਸਦਾ ਨਾਂ ਪਛਾਣ ਲਿਆ। ਕ੍ਰਿਸ਼ਨਨ ਨੇ ਮਿਡਲਮੋਲ ਨੂੰ ਆਕਲੈਂਡ ਦੇ ਡਾਕਟਰਾਂ ਦੇ ਹਵਾਲੇ ਦਿੱਤੇ ਜੋ ਮੌਜੂਦ ਨਹੀਂ ਸਨ। ਉਸਨੇ ਇੱਕ ਈਮੇਲ ਵੀ ਦੱਸੀ ਜੋ ਕਿ ਨਕਲੀ ਨਿਕਲੀ। ਇੱਕ ਬੁਲਾਰੇ ਨੇ ਕਿਹਾ ਕਿ ਸਮੀਖਿਆ ਨੇ ਸਾਨੂੰ ਵਿਸ਼ਵਾਸ ਦਾ ਇੱਕ ਪੱਧਰ ਪ੍ਰਦਾਨ ਕੀਤਾ ਹੈ ਕਿ ਸਾਡੇ ਕੋਲ ਜੋ ਪ੍ਰਕਿਰਿਆ ਹਨ ਉਹ ਅਜਿਹੀ ਘਟਨਾ ਨੂੰ ਦੁਬਾਰਾ ਵਾਪਰਨ ਤੋਂ ਰੋਕਣਗੀਆਂ। ਇਸਨੇ ਸਾਰੇ ਪ੍ਰਭਾਵਿਤ ਮਰੀਜ਼ਾਂ ਤੋਂ ਦੁਬਾਰਾ ਮਾਫ਼ੀ ਮੰਗੀ ਹੈ, ਪਰ ਨਾਲ ਹੀ ਕਿਹਾ ਹੈ ਕਿ ਉਸਨੇ ਕਿਸੇ ਨੂੰ ਸਰੀਰਕ ਤੌਰ 'ਤੇ ਨੁਕਸਾਨ ਨਹੀਂ ਪਹੁੰਚਾਇਆ। ਸਜ਼ਾ ਸੁਣਾਉਂਦੇ ਸਮੇਂ ਜੱਜ ਨੇਵਿਨ ਡਸ ਨੇ ਕਿਹਾ ਹੈ ਕਿ ਕ੍ਰਿਸ਼ਨਨ ਨੇ ਬਹੁਤ ਸਾਰੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਕੇ ਇੱਕ ਵੱਡਾ ਅਪਰਾਧ ਕੀਤਾ ਹੈ। ਵੀਰੋ ਰਿਪੋਰਟ, ਐਨਜਟ ਪੰਜਾਬੀ ਨਿਊਜ਼।